ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਐਤਵਾਰ ਦਾ ਦਿਨ ਆ, ਥੋੜ੍ਹੀ ਦੇਰ ਤੱਕ ਡਿਸਾਈਡ ਕਰਾਂਗੇ ਮੰਡੀ ਜਾਣਾ ਕਿ ਨਹੀਂ ਜਾਣਾ, ਕਿਉਂਕਿ ਰਾਤੀ ਭਾਈ ਸ਼ਬੀਰ ਵੀ ਕਹਿ ਰਹੇ ਸੀਗੇ ਕਿ ਹਜੇ ਕਨਫਰਮ ਨਹੀਂ ਗਿਆ ਸੁਬਹ ਜਾਣਾ ਕਿ ਨਹੀਂ, ਬਾਕੀ ਜੇ ਫੋਨ ਆ ਗਿਆ ਤਾਂ ਫਿਰ ਚੱਲ ਜਾਂਗੇ। ਦੂਸਰਾ ਤੋਤੇ ਦੇ ਅੱਜ ਮੈਂ ਤੁਹਾਨੂੰ ਕੰਮ ਦੱਸਦਾ ਵਾਂ, ਸੁਬਹ 6 ਵਜੇ ਨਾ 6 ਵਜੇ ਜਿੱਦਾਂ ਮੈਂ ਨਹੀਂ ਇਹਨੂੰ ਵੀਡੀਓ 'ਚ ਕਰਦਾ ਮੀਆਂ ਵਿੱਚੋਂ ਅਤੇ ਸੀਡੀ ਮਾਰਦਾ ਹੁੰਦਾ ਇੱਦਾਂ, ਅੱਜ ਸੀਟੀਆਂ ਮਾਰਨ ਦਿਆ ਸੀ ਨਾਲ ਮੀਆਂ ਮਿੱਠੂ ਕਰਨ ਦਿਆ ਸੀਗਾ, ਅਤੇ ਮੁੜ ਕੇ ਮੈਂ ਕੈਮਰਾ ਖੋਲ੍ਹ ਕੇ ਅਤੇ ਯਾਰ ਰੱਖ ਛੱਡਿਆ, ਪੂਰਾ 5 ਮਿੰਟ ਕੈਮਰਾ ਚੱਲਦਾ ਰਿਹਾ, ਇਹ ਟਸ ਤੋਂ ਮਸ ਨਹੀਂ ਹੋਇਆ, ਕੋਈ ਗੱਲਬਾਤ ਨਹੀਂ ਕੀਤੀ ਇਹਨੇ, ਕੋਈ ਮੂੰਹ ਨਹੀਂ ਹਿਲਾਇਆ, ਨਾ ਸੀਟੀ ਮਾਰੇ ਨਾ ਕੁਛ ਹੋਰ ਕਰੇ, ਸਿਰਫ ਟੈਂ ਟੈਂ ਜਿਹੜੀ ਕਰਦਾ ਨਾ ਉਹ ਕਰੀ ਜਾਏ। ਮੈਂ ਬੜਾ ਕਹਾਂ, ਮੈਂ ਕਿਹਾ ਮਿੱਠੂ ਹੁਣ ਜਿੱਦਾਂ ਬੋਲਣ ਲਿਆ ਸੀ ਉੱਦਾਂ ਬੋਲ, ਨਾ ਸਵਾਲ ਹੀ ਪੈਦਾ ਨਹੀਂ ਹੁੰਦਾ, ਉੱਦਾਂ ਮੈਨੂੰ ਸ਼ੱਕ ਪੈਂਦਾ ਵਾ, ਫਾਲੋ ਕਰਦਿਆ ਮੇਰੀਆਂ ਗੱਲਾਂ ਨੂੰ ਨਾ ਫਾਲੋ ਕਰਦਾ, ਹੌਲੀ ਹੌਲੀ ਨਾ ਇਹਨੂੰ ਹੁਣ ਸਿਖਾਵਾਂਗਾ, ਮਤਲਬ ਕਿ ਬੋਲਣਾ ਇਹਨੇ ਮੈਨੂੰ ਸ਼ੱਕ ਪੈਂਦਾ ਇੱਦਾਂ ਹੀ ਸਿੱਖ ਜਾਣਾ ਵਾ, ਬਾਕੀ ਜਿਹੜੀ ਆਦਤ ਉਦਤ ਵਾਲੀ ਗੱਲ ਆ ਨਾ ਉਹ ਆਦਤ ਨਹੀਂ ਇਹਨੂੰ ਪੈਣੀ। ਅੱਜ ਮਾਸ਼ਾਅੱਲਾ ਚੌਥੀ ਚਿੜੀ ਵੀ ਬਾਹਰ ਆ ਕੇ ਖਲੋਤੀ ਆ, ਸ਼ੁਕਰ ਅੱਲਾ ਪਾਕ ਦਾ, ਕਿਤੇ ਇਹਦੀ ਵੀ ਅੱਖਾਂ 'ਚ ਰੌਣਕ ਆਈ, ਇਹਨੂੰ ਵੇਖ ਕੇ ਮੇਰੀਆਂ ਅੱਖਾਂ 'ਚ ਵੀ ਰੌਣਕ ਆਈ ਵੀ ਤੂੰ ਵੀ ਬਾਹਰ ਆਈ। ਹੈਂ, ਆ ਇਹਦੀ ਲਵਰ ਆ, ਆ ਚਿੱਟੀ, ਇਹ ਹੁਣ ਚਿੱਟੀ ਪਤਾ ਨਹੀਂ ਤੋਤੀ ਆ ਕਿ ਤੋਤਾ ਵਾ, ਉੱਦਾਂ ਇਹਨਾਂ 'ਚੋਂ ਮੈਨੂੰ ਸਿਰਫ ਉਹੜਾ ਉਤਲਾ ਗ੍ਰੀਨ ਹੈ ਨਾ ਉਹ ਤੋਤਾ ਲੱਗਦਾ ਵਾ, ਬਾਕੀ ਇਹ 3 ਤੋਤੀਆਂ ਲੱਗਦੀਆਂ। ਹੁਣ ਜੀ ਗੱਲ ਇੱਦਾਂ ਕਿ ਗੰਦ ਇਹਨਾਂ ਨੇ ਦੇਖੋ ਕਿੰਨਾ ਪਾਇਆ ਹੋਇਆ, ਇਹਨਾਂ ਦੇ ਖਾਣ ਪੀਣ ਦਾ ਸਮਾਨ ਖਾਣ ਵਾਲਾ ਆ ਲਿਆ ਕੇ ਰੱਖਿਆ ਵਾ, ਪੀਣ ਵਾਲਾ ਬਾਹਰੋਂ ਫਿਰ ਮੈਂ ਮੱਗਾਂ ਭਰ ਕੇ ਲਿਆਉਂਦਾ ਵਾਂ, ਅਤੇ ਇਹਨਾਂ ਦੀ ਆ ਨਾਲੇ ਆ ਸਫਾਈ ਸਫੂਈ ਵੀ ਕਰਦਾ ਵਾਂ, ਉਹ ਤੋਂ ਬਾਅਦ ਫਿਰ ਭਾਈ ਸ਼ਬੀਰ ਨੂੰ ਕਾਲ ਕਰਕੇ ਪੁੱਛਦਾ ਜਾਣਾ ਮੰਡੀ ਕਿ ਨਹੀਂ ਜਾਣਾ। ਮੀਆਂ ਮਿੱਠੂ ਇੱਦਾਂ ਹੀ ਕਰਨ ਦਿਆ ਸੀ ਜਿੱਦਾਂ ਮੈਂ ਹੁਣ ਕੀਤਾ ਨਾ, ਅੱਜ ਸੁਬਹਾ ਇੱਦਾਂ ਹੀ ਕਰਨ ਦਿਆ ਸੀ ਮੀਆਂ ਮਿੱਠੂ। ਡੇਲੀ ਬਿਲਾ ਨਾਗਾ ਇਹਨਾਂ ਨੂੰ ਬਰਤਨ ਧੋ ਕੇ ਨਾ ਫਿਰ ਪਾਉਂਦਾ ਵਾ ਇਹਨਾਂ ਦੀ ਰੋਟੀ ਪਾਣੀ, ਅਤੇ ਫਿਰ ਵੀ ਇਹ ਨਖਰੇ ਬੜਾ ਕਰਦਾ ਵਾ, ਇਹਨੂੰ ਪਤਾ ਨਹੀਂ ਕੀ ਚਾਹੀਦਾ ਮੇਰੇ ਕੋਲੋਂ। ਆ ਡਿਸ਼ ਧੋ ਕੇ ਰੱਖਤੀ ਆ, ਉਹ ਰੋਟੀ ਦੀ ਬੁਰਕੀ ਵਿੱਚ ਹੁਣ ਤਾਜ਼ਾ ਰੱਖੀ ਸੀਗੀ ਥੋੜ੍ਹੀ ਦੇਰ ਪਹਿਲੇ, ਤਦ ਕਰਕੇ ਨਹੀਂ ਮੈਂ ਕੱਢੀ, ਇਹ 'ਚੋਂ ਵੀ ਰੋਟੀ ਦੀਆਂ ਬੁਰਕੀਆਂ ਨਹੀਂ ਕੱਢੀਆਂ, ਇਹਦੀ ਥੱਲੇ ਚਟਾਈ ਸਾਫ਼ ਕਰਨ ਵਾਲੀ ਰਹਿ ਗਈ ਆ, ਆ ਬਰਤਨ ਇਹਦੇ ਮੈਂ ਧੋ ਆਇਆ ਵਾ ਚੰਗੀ ਤਰ੍ਹਾਂ। ਪਾਣੀ ਦਾ ਮਸਲਾ, ਅੱਜ ਪਾਣੀ ਠੰਡਾ ਵਾ, ਦੂਸਰਾ ਪਾਣੀ ਮੁੱਕ ਗਿਆ ਵਾ, ਅਤੇ ਨਮਕੀਨ ਪਾਣੀ ਇਹਨਾਂ ਨੂੰ ਮੈਂ ਪਾਉਣਾ ਕੋਈ ਨਹੀਂ, ਕਿਉਂਕਿ ਉਹ ਇਹਨਾਂ ਨੇ ਪੀਣਾ ਵੀ ਨਹੀਂ, ਪਾਣੀ ਹੁਣ ਠੰਡਾ ਹੀ ਪਾ ਦਿੰਦੇ ਹਾਂ, ਦੇਖੀ ਜਾਏਗੀ। ਪਿਆਲੀ ਵੀ ਧੋ ਲਿਆ ਆ, ਆਹ ਇਹਨਾਂ ਦਾ ਸਾਜ਼ੋ ਸਮਾਂ ਪਿਆ ਵਾ, ਆਹ ਤੋਤੇ ਵਾਸਤੇ ਮਟਰ ਕੱਢਣੇ ਪੈਣੇ ਆ, ਮਟਰ ਹੁਣ ਇੱਕ ਹੱਥ ਨਾਲ ਤਾਂ ਨਹੀਂ ਨਾ ਨਿਕਲਣੇ, ਆ ਚਿੜੀਆਂ ਨੂੰ ਪਾ ਕੇ ਅਤੇ ਫਿਰ ਉਹ ਤੋਂ ਬਾਅਦ ਰੱਖ ਕੇ ਫਿਰ ਅਗਲਾ ਪ੍ਰੋਸੀਜਰ ਦੇਖਦੇ ਹਾਂ, ਫਿਰ ਮੈਂ ਭਾਈ ਸ਼ਬੀਰ ਨੂੰ ਕਾਲ ਕਰਕੇ ਪੁੱਛਦਾ ਜਾਣਾ ਮੰਡੀ ਕਿ ਨਹੀਂ ਜਾਣਾ। ਮੀਆਂ ਮਿੱਠੂ ਇਹਦੇ ਕੰਮ ਚੈੱਕ ਕਰ ਲਓ, ਜਦੋਂ ਮੈਂ ਮਟਰ ਕੱਢਣ ਲਿਆ ਸੀ ਨਾ, ਤਾਂ ਇੱਧਰ ਵਾਲੇ ਪਾਸੇ ਆ ਗਿਆ, ਨੁੱਕਰ 'ਚ ਆ ਗਿਆ, ਖਲੋ ਗਿਆ ਮਟਰ ਕੱਢਦੇ ਆ ਮੈਨੂੰ ਦੇਖ ਕੇ ਜਦੋਂ ਮੈਂ ਮਟਰ ਕੱਢ ਰਿਹਾ ਸੀ। ਹੁਣ ਮਟਰ ਮੈਂ ਪਿਆਲੀ 'ਚ ਰੱਖਿਆ ਅਤੇ ਮੋਬਾਈਲ ਕੱਢਣ ਲੱਗਾ ਵਾਂ, ਅਤੇ ਫੋਰੀ ਉੱਧਰ ਚਲਾ ਗਿਆ ਹੈ, ਫਿਰ ਪਤਾ ਨਹੀਂ ਮਟਰਾਂ 'ਤੇ ਧਿਆਨ ਪੈ ਗਿਆ ਉਹਦਾ, ਫਿਰ ਇੱਧਰ ਨੂੰ ਤੁਰਿਆ ਥੋੜ੍ਹਾ ਜਿਹਾ। ਇਹ ਵੇਖੋ ਮੀਆਂ ਮਿੱਠੂ, ਮਟਰ ਖਾਣੇ? ਮਟਰ ਮਿੱਠੂ ਦੇ ਮੋਸਟ ਫੇਵਰੇਟ ਮਟਰ। ਮੀਆਂ ਮਿੱਠੂ, ਤੈਨੂੰ ਮਟਰ ਚਾਵਲ ਖਵਾਊਂਗਾ ਕਿਸੇ ਦਿਨ ਮੇਰਾ, ਹੁਣ ਤਾਂ ਮੇਰਾ ਇੱਦਾਂ ਦਾ ਦਿਲ ਬਣ ਗਿਆ ਕਿ ਤੈਨੂੰ ਮਟਰ ਚਾਵਲ ਖਵਾਵਾਂ ਕਿਸੇ ਦਿਨ। ਮੀਆਂ ਮਿੱਠੂ, ਐਲ ਰੋਟੀ ਆ ਤੇਰੀ ਖੁਰਾਕ ਆਈ। ਮੀਆਂ ਮਿੱਠੂ ਸੁਬਹਾ ਇੱਦਾਂ ਹੀ ਕਰ ਰਿਹਾ ਹੁੰਦਾ ਜਿੱਦਾਂ ਮੈਂ ਕਰ ਰਿਹਾ ਨਾ, ਮੀਆਂ ਮਿੱਠੂ ਇੱਦਾਂ ਹੀ ਸੁਬਹਾ ਕਰਨ ਦਿਆ ਸੀਗਾ, ਨਾਲ ਸੀਟੀ ਵੀ ਮਾਰੇ ਜਿੱਦਾਂ ਪੂਰੀ ਨਕਲ ਮੇਰੀ ਲਾਹਣ ਦਿਆ ਸੀ, ਪਰ ਮੈਂ ਉਦੋਂ ਪਿਆ ਸੀਗਾ ਮੋਬਾਈਲ, ਮੈਂ ਸਿਰਹਾਣੇ ਕੱਢਿਆ
ਇੱਥੇ ਮੰਜੇ 'ਤੇ ਮੈਂ ਪਿਆ ਸੀ, ਸਿਰਹਾਣੇ ਉਹ ਕੱਢ ਕੇ ਨਾ ਮੋਬਾਈਲ ਮੈਂ, ਅਤੇ ਇੱਦਾਂ ਹੀ ਲਾ ਛੜਿਆ ਵੀਡੀਓ 'ਤੇ। ਮੈਂ ਕਿਹਾ ਚਲੋ ਬੋਲੇਗਾ ਅਤੇ ਵੇਖ ਲਾ ਰਿਕਾਰਡ ਹੋ ਜਾਏਗਾ। ਪਤਾ ਨਹੀਂ ਉਹਦਾ ਧਿਆਨ ਪੈ ਗਿਆ ਕਿ ਵੀਡੀਓ ਬਣਾਉਣ ਦਿਆ ਵਾ, ਐਸਾ ਧਿਆਨ ਪਿਆ ਮੁੜ ਕੇ ਇਹਨੇ ਨਾ ਹੀ ਸੀਟੀ ਮਾਰੀ ਅਤੇ ਨਾ ਹੀ ਮੀਆਂ ਮਿੱਠੂ ਕਰੇ, ਉੱਦਾਂ ਪਹਿਲੇ ਬੋਲੀ ਜਾਏ ਸਿਰ ਖਾਈ ਜਾਏ। ਜਦੋਂ ਮੈਂ ਕੈਮਰਾ ਖੋਲਿਆ ਨਾਲ ਹੀ ਚੁੱਪ। ਲਓ ਜੀ ਇਹਨਾਂ ਦਾ ਖਾਣਾ ਇਹਨਾਂ ਨੂੰ ਪਾ ਦਿੱਤਾ ਗਿਆ। ਉਹ ਦੇਖੋ ਮਾਸ਼ਾਅੱਲਾ, ਤੁਸੀਂ ਅੱਜ ਪਹਿਲੀ ਦਫ਼ਾ ਦੇਖੀਆਂ ਹੋਣੀਆਂ ਚਾਰ ਹੀ ਬਾਹਰ ਉਹ ਫਿਰਦੀਆਂ ਜੇ, ਦੋਵੇਂ ਪੀਲੀਆਂ, ਉਹ ਚਿੱਟੀ ਅਤੇ ਉਹ ਗ੍ਰੀਨ, ਪਹਿਲੇ ਇਹ ਬਾਹਰ ਨਹੀਂ ਆਉਂਦੀਆਂ, ਅੱਜ ਹੀ ਆਈਆਂ ਚਾਰੇ ਬਾਹਰ। ਇਹਦਾ ਖਾਣਾ ਪਾਣੀ ਵੀ ਇਹਨੂੰ ਪਾ ਦਿੱਤਾ ਗਿਆ, ਇਹਦਾ ਖਾਣਾ ਪਾਣੀ ਵੀ ਇਹਨੂੰ ਪਾ ਦਿੱਤਾ ਗਿਆ। ਲਿਹਾਜ਼ਾ ਹੁਣ ਜਿਹੜਾ ਪਾਣੀ ਵਧਿਆ ਵਾ ਉਹ ਵੀ ਠੰਡਾ ਵਾ, ਪੀ ਲੈਂਦੇ ਹਾਂ। ਅਤੇ ਇਸ ਤੋਂ ਬਾਅਦ ਪਛਬੀਰ ਨਾ ਕਰਦਾ ਵਾਂ ਮੈਂ ਰਾਤ ਉਹਨਾਂ ਨੂੰ ਕਾਲ ਕਰਕੇ, ਅਤੇ ਫਿਰ ਪੁੱਛਦਾ ਕਿ ਜਾਣਾ ਅੱਜ ਮੰਡੀ ਕਿ ਨਹੀਂ ਜਾਣਾ। ਬਾਹਰ ਖੜ੍ਹਾ ਕਾਲ ਕਰਨ ਦਿਆ ਸੀਗਾ ਪਛਬੀਰ ਨੂੰ, ਉਹਨਾਂ ਦਾ ਨੰਬਰ ਬਿਜ਼ੀ ਜਾ ਰਿਹਾ ਕਿਸੇ ਹੋਰ ਨੰਬਰ 'ਤੇ, ਅਤੇ ਇਹਦਾ ਮਤਲਬ ਆ ਕਿ ਮੈਂ ਫਿਰ ਉਹ ਤੋਂ ਪਹਿਲੇ ਨਾਸ਼ਤਾ ਕਰ ਲਵਾਂ, ਫਿਰ ਉਹਨਾਂ ਦੀ ਕਾਲ ਆ ਜਾਏਗੀ, ਪਤਾ ਲੱਗ ਜਾਏਗਾ ਜਾਣਾ ਕਿ ਨਹੀਂ ਜਾਣਾ ਹੈ ਅੱਜ। ਅਗਰ ਨਾ ਜਾਣਾ ਤਾਂ ਅੱਜ ਐਤਵਾਰ, ਅੱਜ ਕ੍ਰਿਕਟ ਖੇਡਾਂਗੇ ਦੋਸਤਾਂ, ਉਹਨਾਂ ਨਾਲ ਰਾਬਤਾ ਕਰਦਾ, ਫਿਰ ਅੱਜ ਕ੍ਰਿਕਟੋ ਕ੍ਰਿਕਟ ਹੀ ਚੱਲਾਂਗੇ। ਹੁਣ ਰਾਬਤਾ ਹੋਇਆ ਸ਼ਬੀਰ ਭਾਈ ਨਾਲ, ਮੈਂ ਕਾਲ ਕਰਨ ਦਾ ਸੀ, ਨੰਬਰ ਉਹਨਾਂ ਦਾ ਬਿਜ਼ੀ ਜਾ ਰਿਹਾ ਸੀਗਾ ਕਿਸੇ ਹੋਰ ਨੰਬਰ 'ਤੇ, ਅਤੇ ਉਸ ਤੋਂ ਬਾਅਦ ਤਕਰੀਬਨ ਅੱਧੇ ਘੰਟੇ ਬਾਅਦ ਹੁਣ ਕਾਲ ਆਈ ਹੈ ਭਾਈ ਸ਼ਬੀਰ ਦੀ। ਉਹ ਕਹਿੰਦੇ ਕਿ ਅੱਜ ਮੈਂ ਜਾਣਾ ਸੀਗਾ ਇੱਕ ਜ਼ਰੂਰੀ ਕੰਮ ਕਿਤੇ ਹੋਰ, ਨਾਲ ਪਤਾ ਨਹੀਂ ਕੌਣ ਆਈ ਆ, ਮੈਂ ਵੀ ਇਕੱਲੇ ਨੇ, ਮੈਂ ਪੁੱਛਿਆ ਨਹੀਂ। ਫਿਰ ਉਹ ਤਦ ਕਰਕੇ ਸੁਬਹਾ ਸੁਬਹਾ ਕਹਿੰਦੇ ਮੈਂ 7 ਵਜੇ ਨਿਕਲ ਆਇਆ ਸੀਗਾ, ਅਤੇ ਮੈਂ ਸੁੱਤਾ ਹੀ ਉੱਠਿਆ 8:30-9 ਵਜੇ, ਅਤੇ ਮੰਡੀ ਅੱਜ ਹੋ ਸਕਦਾ ਨਾ ਜਾਣ। ਬਾਕੀ ਹੁਣ ਮੈਂ ਰਾਤ ਨਾਲ ਰਾਬਤਾ ਕਰਦਾ ਵਾਂ, ਅਗਰ ਉਹਨਾਂ ਰਾਬਤਾ ਹੁੰਦਾ ਵਾ ਤਾਂ ਅੱਜ ਫਿਰ ਵੱਡੇ ਪਿੰਜਰੇ ਚੁੱਕ ਕੇ ਲਿਆ ਕੇ ਰੱਖੀਏ। ਸੁਬਹਾ ਤਾਂ ਹਰ ਅੱਧੇ ਅੱਧੇ ਘੰਟੇ ਬਾਅਦ ਰਾਣੇ ਨੂੰ ਕਾਲਾਂ ਕਰਨ ਦਿਆਂ ਵਾਂ, ਪਬਜੀ ਗੇਮ ਖੇਲੀ ਜਾਂਦੇ ਹਾਂ। ਰਾਣੇ ਦਾ ਪਹਿਲੇ ਨੰਬਰ ਬੰਦ ਸੀਗਾ, ਹੁਣ ਚੱਲਿਆ ਵਾ, ਇੱਕ ਕਾਲ ਗਈ ਹੈ ਚੁੱਕੀ ਨੇਗੀ, ਉਸ ਤੋਂ ਬਾਅਦ ਫਿਰ ਬੰਦ ਸ਼ੋ ਹੋਣ ਦਿਆ ਵਾ, ਅਤੇ ਹੋ ਸਕਦਾ ਨੰਬਰ ਬੰਦ ਹੀ ਹੋਏ, ਕਾਲ ਕੋ ਕੰਪਨੀ ਦਾ ਵਾਧਾ ਘਾਟਾ ਹੋ ਗਿਆ ਹੈ। ਬਾਕੀ ਰਾਣੇ ਨਾਲ ਤਾਂ ਕੋਈ ਰਾਬਤਾ ਨਹੀਂ ਹੋ ਰਿਹਾ, ਅਤੇ ਫਿਰ ਹਾਲੇ ਤਾਂ ਕੁਛ ਵੀ ਨਹੀਂ, ਫਿਰ ਇੰਤਜ਼ਾਰ ਹੀ ਆ। ਦੇਖੋ ਅੱਗੇ ਹੁਣ ਗੇੜੇ ਕਰਾਉਣ 'ਚ ਨਾ ਰਾਣਾ ਫੁੱਲ ਮਾਹਰ ਆ, ਮੈਂ ਜਾਣ ਨਹੀਂ ਦਿਆਂ ਉਹਦੇ ਵੱਲ, ਮੈਂ ਕਿਹਾ ਨਾ ਹੋਵੇ ਜਾਂਦਿਆਂ ਨੂੰ ਘਰ ਮਿਲੇ ਨਾ, ਘਰ ਨਾ ਮਿਲਿਆ ਤਾਂ ਕੰਮ ਫਿਰ ਰਾਹ 'ਚ ਰਹਿ ਜਾਣਾ ਵਾ। ਇੱਥੋਂ 1.5-2-3 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਜਾਣਾ, ਫਿਰ ਚਲਾ ਕੇ ਆਉਣਾ, 10-15 ਮਿੰਟ ਜਾਂਦਿਆਂ ਲੱਗ ਜਾਂਦੇ ਆ, 15-20 ਮਿੰਟ ਆਉਂਦੇ ਆ, ਅਤੇ ਰਾਣਾ ਮਿਲਿਆ ਨਾ ਤਾਂ ਕੰਮ ਹੋਣਾ ਕੋਈ ਨਹੀਂ। ਪਿੰਜਰੇ ਪਏ ਨੇ ਰਾਣੇ ਦੇ ਕੋਲ, ਇੱਕ ਦੇ ਵਿੱਚ ਤੋਤੀਆਂ ਨੇ 4, ਨਾਲ ਇੱਕ ਪਿੰਜਰਾ ਵਾ ਦੂਸਰਾ ਖਰੀਦਣਾ ਵਾ, ਉਹਦੀਆਂ ਜਿਹੜੀਆਂ ਦੁਕਾਨਾਂ ਨੇ ਨਾ ਰਾਣੇ ਦੀਆਂ, ਉਹਦੀਆਂ ਦੁਕਾਨਾਂ 'ਚ ਇੱਕ ਬੰਦੇ ਦੀ ਮਤਲਬ ਕਿ ਕੰਮ ਕਰਦਾ ਲੱਕੜੀ ਦਾ, ਉਹਨੇ ਇੱਕ ਪਿੰਜਰਾ ਬਣਾ ਕੇ ਰੱਖਿਆ, ਇੱਕ ਉਹ ਪਿੰਜਰਾ ਵੇਖ ਕੇ ਨਾ ਤੋਤੇ ਵਾਸਤੇ ਲਿਆਉਣਾ, ਉਹ ਪਿੰਜਰਾ ਵਾ ਵੱਡਾ। ਮੈਂ ਕਿਹਾ ਜਾਂ ਉਹ 'ਚ ਤੋਤੇ ਨੂੰ ਵਾੜ ਦਾਂਗੇ, ਅਤੇ ਜਾਂ ਫਿਰ ਜਿਹੜਾ ਵੱਡਾ ਪਿੰਜਰਾ ਹੋਏਗਾ ਨਾ ਮੈਂ ਦੋਵਾਂ 'ਚੋਂ ਉਹਦੇ ਵਿੱਚ ਆ ਤੋਤੀਆਂ ਕਰ ਦਾਂਗੇ ਸਾਰੀਆਂ, ਆਸਟ੍ਰੇਲੀਅਨ ਚਿੜੀਆਂ ਕਣੀਆਂ ਜਿਹੜੀਆਂ ਨਾ ਆਹ ਸਾਰੀਆਂ ਇੱਕ ਦੇ ਵਿੱਚ ਕਰ ਦਾਂਗੇ, ਅਤੇ ਉਹ ਤੋਤਾ ਜਿਹੜਾ ਵਾ ਉਹ ਵੱਡੇ 'ਚ ਕਰ ਦਾਂਗੇ। ਦੇਖੋ ਹੁਣ ਰਾਣੇ ਨਾਲ ਰਾਬਤਾ ਹੁੰਦਾ ਕਿ ਨਹੀਂ ਹੁੰਦਾ, ਅਗਰ ਤਾਂ ਹੁੰਦਾ ਵਾ ਉਹਨਾਂ ਰਾਬਤਾ ਤਾਂ ਠੀਕ ਆ, ਨਹੀਂ ਹੁੰਦਾ ਤਾਂ ਫਿਰ ਮੈਂ ਇੱਥੇ ਕਿਸੇ ਨਾਲ ਰਾਬਤਾ ਕਰਦੇ ਹਾਂ, ਅੱਜ ਫਿਰ ਸ਼ਾਮ ਨੂੰ ਕ੍ਰਿਕਟ ਖੇਡ ਲਾਂਗੇ। ਮੈਂ ਤਾਂ ਸੁੱਤਾ ਸੀਗਾ ਆਰਾਮ ਨਾਲ, ਮਨੀਰ ਦਾ ਫੋਨ ਆਇਆ, ਬਾਈ ਆ ਜਾਓ ਕ੍ਰਿਕਟ ਖੇਡਣ, ਮੁੰਡੇ ਸਾਰੇ ਆ ਗਏ, ਅਤੇ ਮਨੀਰ ਆਪ ਨਹੀਂ ਆਇਆ, ਇੱਥੇ ਨਜ਼ਰ ਨਹੀਂ ਆਉਂਦਿਆ ਮੈਨੂੰ, ਇੱਥੋਂ ਕੰਧ ਟੱਪਣੀ ਮੈਨੂੰ ਬੜੀ ਔਖੀ ਲੱਗਦੀ ਹੈ। ਨਹੀਂ ਆਪ ਵੀ ਆਇਆ, ਉਹ ਬੱਲਾ ਫੜ ਕੇ ਫਿਰਨ ਦਿਆ। ਚਲੋ ਕੰਧ ਟੱਪ ਲਵਾਂ, ਜਾਵਾਂ ਜਿਹੜਾ ਥੱਲੇ, ਇੱਧਰੋਂ ਚੜ੍ਹਨਾ ਇੱਧਰ ਉਤਰਨਾ, ਅਤੇ ਫਿਰ ਜਾ ਕੇ ਲਾਉਂਦੇ ਹਾਂ ਕੋਈ ਹਿਸਾਬ, ਕੋਈ ਇੱਕ ਅੱਧੀ ਵਾਰੀ ਲਾ ਲਈਏ ਜੇ ਲੱਗਦੀ ਹੈ। ਅਤੇ ਮੈਂ ਜਦੋਂ ਆਇਆ ਇਹਨਾਂ ਨੇ ਮੈਨੂੰ ਖੁਸ਼ਖਬਰੀ ਸੁਣਾਈ ਕਿ ਪੂਰੀ ਪੂਰੀ ਵਾਰੀ ਖੇਡ ਲੈਂਦੇ ਹਾਂ, ਅਤੇ ਪੂਰੀ ਪੂਰੀ ਵਾਰੀ ਕਿਹਾ ਕਿ ਜਿੱਦਾਂ ਹੀ ਮੈਂ ਉੱਤਰ ਕੇ ਅੰਦਰ ਆਇਆ ਇਹਨਾਂ ਨੇ ਪਾਈ ਪਲੇਅਰ ਵੰਡ ਲਏ, ਕਹਿੰਦੇ ਟੀਮ ਖੇਡੋ ਪੂਰੀ ਪੂਰੀ ਵਾਰੀ ਨਹੀਂ ਖੇਡਣੀ, ਲੱਗੇ ਰਹਿੰਦੇ ਆ 2-2 ਘੰਟੇ ਨਾ, ਕੋਈ ਰਾਣਾ ਆਊਟ ਨਹੀਂ ਹੁੰਦਾ। ਪਹਿਲੀ ਇਨਿੰਗ ਤਾਂ 4 ਓਵਰ ਮੁੱਕ ਗਏ, 16 ਸਕੋਰ, ਆਹ ਵੇ ਲੜਾਈ, ਬੈਟਿੰਗ 'ਤੇ ਲੜਾਈ ਹੋ ਰਹੀ, 4 ਓਵਰ ਸਿਰਫ ਚੌਕਾ ਵਾ, ਛੱਕਾ ਆਊਟ, ਚੌਕਾ ਹੀ ਮਾਰਨੇ ਆ।
ਓ ਯਾਰ ਆ ਕੀ ਕਰਦਾ ਚਲ ਆਇਆ ਨਾ ਜਾਂਦੇ ਹੋਇਆ ਵੀ ਛੱਕਾ ਮਾਰ ਕੇ ਆਊ ਮਾਰਿਆ ਤਾਂ ਚੌਕਾ ਸੀ ਵੱਜ ਗਿਆ ਛੱਕਾ ਇੱਧਰ ਜ਼ਰਾ ਅਫਾਸ ਪਾਏ ਨੇ ਚਾਰ ਔਰਾਂ ਹੀ ਤੇਤੀ ਸਾਡੇ ਹਰ ਹਰੇ ਮੈਚ ਦੇ ਪਿੱਛੇ ਹੱਥ ਐ ਇਸ ਬੰਦੇ ਦਾ ਹੋਏਗਾ ਉਹ ਵੇਖੋ ਫੇਰ ਲੜਨ ਦਿਆ ਐਂਡ ਵਾਲੀ ਓਵਰ ਦੇ ਚਾਰੇ ਬਾਲ ਡੋਡ ਕਰਕੇ ਅਲਹਮਦੁਲਿਲਾ ਦੂਸਰਾ ਮੈਚ ਵੀ ਹਰਾ ਤਾ ਤੇ ਲੜਨ ਫੇਰ ਦਿਆ ਕਿ ਮੈਂ ਬਾਲਿੰਗ ਕਰਾਉਣੀ ਆ ਇੱਧਰ ਤੇਰਾ ਤਾਰਸ ਤੇ ਕਰਾਵਾਂ ਇੱਧਰ ਆ ਤਾਰਸ ਕਰਾਵਾਂ ਦੂਜਾ ਵੀ ਹਰਾ ਤਾ ਇਹਨੇ ਕਿੰਨੇ ਬਾਲ ਡੋਡ ਕੀਤੇ ਨੇ ਐਂਡ ਦੇ ਚਾਰ ਬਾਲ ਫਾਈਨਲੀ ਜੀ ਤਿੰਨ ਮੈਚ ਬੱਚਿਆਂ ਕੋਲ ਹਰਨ ਤੋਂ ਬਾਅਦ ਮੈਂ ਤਾਂ ਆ ਗਿਆ ਘਰ ਬਿਸਤੀ ਬਹੁਤ ਮਹਿਸੂਸ ਹੋ ਰਹੀ ਸੀਗੀ ਅਗਲੇ ਉੱਥੇ ਖੇਲਣ ਦੇ ਮੈਂ ਕਿਹਾ ਚੱਲੀਏ ਹੁਣ ਲਿਹਾਜ਼ਾ ਅੱਜ ਦੀ ਵੀਡੀਓ ਮੈਂ ਇੱਥੇ ਖਤਮ ਕਰ ਰਿਹਾ ਵਾਂ ਅਗਰ ਵੀਡੀਓ ਚੰਗੀ ਲੱਗੀ ਆ ਤੈਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਵਾ ਮੈਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼